ਪ੍ਰਸਿੱਧ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਸਨਮੁੱਖ ਹੋਣ ਕੁਝ ਸਮੇਂ ਲਈ। ਦਾਦੂਵਾਲ ਸਾਹਿਬ, ਭਾਰਤ ਦੀ ਆਜ਼ਾਦੀ ਲਹਿਰ ਦੇ ਸਿਰਕੱਢ ਯੋਧੇ, ਸਾਡੇ ਬਹੁਤ ਹੀ ਸਤਿਕਾਰਯੋਗ ਨਾਮਧਾਰੀ ਬਾਬਾ ਰਾਮ ਸਿੰਘ ਜੀ ਦੇ 200 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਵਿਸ਼ੇਸ਼ ਸਮਾਗਮ, ਜੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਉਦੇ ਸਿੰਘ ਜੀ ਦੀ ਰਹਿਨੁਮਾਈ ਦੇ ਅੰਦਰ ਅੱਜ ਇਸ ਅਸਥਾਨ ਦੇ ਉੱਤੇ ਸੱਜ ਕੇ ਨਾਮਧਾਰੀ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ, ਮੈਂ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰਦਾ ਬੁਲੰਦ ਆਵਾਜ਼ ਵਿੱਚ ਸਾਰੇ ਹਾਜ਼ਰੀ ਪਰਵਾਹ ਖੋਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪ੍ਰਚਾਰਕ ਜਿਹੜੇ ਆਪ ਜੀ ਨੂੰ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾ ਰਹੇ ਸਨ ਕਿ ਉਹਨਾਂ ਨੇ ਜੋ ਉਪਦੇਸ਼ ਦਿੱਤਾ ਆਪਣੀ ਜ਼ਿੰਦਗੀ ਦੇ ਅੰਦਰ, ਜੋ ਘਾਲਣਾਵਾਂ ਘਾਲੀਆਂ, ਔਰ ਜਿੱਥੇ ਸਿੱਖ ਸੰਗਤਾਂ ਨੂੰ ਜੀਵਨ ਦਾਨ ਗੁਰਬਾਣੀ ਦੇ ਲੜ ਲਾਇਆ, ਉੱਥੇ ਉਹਨਾਂ ਨੇ ਜਿਸ ਤਰ੍ਹਾਂ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਸੀ। ਮੈਂ ਸਮਝਦਾ ਅੱਜ ਜੇ ਭਾਰਤ ਦੀ ਆਜ਼ਾਦੀ ਹੈ ਤਾਂ ਉਸ ਆਜ਼ਾਦੀ ਵਿੱਚ ਇਹ ਬਹੁਤ ਵੱਡਾ ਯੋਗਦਾਨ ਨਾਮਧਾਰੀ ਗੁਰਸਿੱਖਾਂ ਦਾ, ਜਿਹਨੂੰ ਕੂਕਾ ਲਹਿਰ ਕਰਕੇ ਵੀ ਇਤਿਹਾਸ ਵਿੱਚ ਹਿਸਟਰੀ 'ਚ ਯਾਦ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੇ ਅੰਦਰ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਫਾਂਸੀਆਂ 'ਤੇ ਵੀ ਚੜ੍ਹੇ, ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤੇ ਗਏ। ਮੇਰੇ ਨਾਲੋਂ ਤੁਸੀਂ ਸਾਰੇ ਵੱਧ ਜਾਣਦੇ ਹੋ ਕਿ ਕਿਸ ਤਰ੍ਹਾਂ 66 ਸਿੱਖ ਜਿਹੜੇ ਸਨ ਉਹ ਤੋਪਾਂ ਦੇ ਨਾਲ, ਨਾਮਧਾਰੀ ਸਿੱਖ, ਉਹਨਾਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਗਿਆ। ਔਰ ਜੇ ਕੋਈ ਸਿੱਖ ਦਾ ਸਰੀਰ ਛੋਟਾ ਸੀ, ਭਾਈ ਵਰਿਆਮ ਸਿੰਘ ਜੀ, ਤਾਂ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਦੇ ਗੋਲੇ ਦੀ ਵਰਤੋਂ ਨਹੀਂ ਹੋ ਸਕਦੀ, ਤੋਪ ਦਾ ਗੋਲਾ ਉੱਚਾ ਲੰਘ ਜਾਂਦਾ, ਕੱਦ ਛੋਟਾ। ਤਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਹੇਠ ਇੱਟਾਂ ਦਾ ਢੇਰ ਲਾ ਕੇ ਆਪਣਾ ਕੱਦ ਉੱਚਾ ਕੀਤਾ, ਆਖਿਆ ਨਹੀਂ ਮੈਂ ਵੀ ਸ਼ਹੀਦੀ ਪਾਉਣੀ ਹੈ, ਜੇ ਮੇਰਾ ਕੱਦ ਛੋਟਾ ਤਾਂ ਮੈਂ ਆਪਣੇ ਆਪ ਨੂੰ ਤੋਪ ਦੇ ਬਰਾਬਰ ਕਰ ਲੈਣਾ। ਛੋਟਾ ਜਿਹਾ ਸਿੱਖ ਭੁਜੰਗੀ ਸਿੰਘ, ਭਾਈ ਬਿਸ਼ਨ ਸਿੰਘ, ਜਿਸ ਨੂੰ ਤਲਵਾਰ ਦੇ ਨਾਲ ਵਾਰ ਕਰਕੇ ਫਿਰ ਸ਼ਹੀਦ ਕੀਤਾ ਗਿਆ 14 ਦੇ ਕਰੀਬ, ਲੁਧਿਆਣਾ ਅੰਮ੍ਰਿਤਸਰ ਸਾਹਿਬ ਉੱਥੇ ਫਾਂਸੀਆਂ 'ਤੇ ਚਾੜ੍ਹੇ ਗਏ। ਸੋ ਬਹੁਤ ਵੱਡਾ ਯੋਗਦਾਨ ਜਿਹੜਾ ਭਾਰਤ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਜਿਹੜਾ ਨਾਮਧਾਰੀ ਸਿੱਖਾਂ ਦਾ, ਇਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ। ਅਤੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਭਾਰਤ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ 200 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਜਾ ਰਿਹਾ, ਇਹ ਬਹੁਤ ਖੁਸ਼ੀ ਦੀ ਗੱਲ ਆ। ਮੈਂ ਇਸ ਗੱਲ ਦੀ ਮੁਬਾਰਕ ਦੇਣਾ ਕਿ ਜੇਕਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਇਤਿਹਾਸ ਸਿਰਜੇ ਹੈ, ਉਹਨਾਂ ਨੂੰ ਯਾਦ ਕੀਤਾ ਜਾਵੇ, ਉਹਨਾਂ ਨੂੰ ਯਾਦ ਰੱਖਿਆ ਜਾਵੇ, ਤਾਂ ਫਿਰ ਹੀ ਆਜ਼ਾਦੀ ਦਾ ਮੁੱਖ ਮਕਸਦ ਮੈਂ ਸਮਝਦਾ ਕਿ ਪੂਰਾ ਹੁੰਦਾ। ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਅੱਜ ਦੇ ਸਨਾਮਧਾਰੀ ਦਰਬਾਰ ਵਿੱਚ ਬੈਠੀਆਂ ਨੇ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਉੱਥੇ ਨਾਲ ਹੀ ਸਤਿਕਾਰਯੋਗ ਬਾਬਾ ਜੀ ਦੀ ਰਹਿਨੁਮਾਈ ਦੇ ਅੰਦਰ ਸਾਰੇ ਨਾਮਧਾਰੀ ਵੀਰ ਸਾਡੇ HS ਹੰਸਪਾਲ ਜੀ,
ਬਲਵਿੰਦਰ ਸਿੰਘ ਝੱਲ ਜੀ, ਗੁਰਪੇਜ ਸਿੰਘ ਗੁਰਾਇਆ ਜੀ, ਸਰਦਾਰ ਜਸਵੰਤ ਸਿੰਘ ਦਿੱਲੀ ਅਤੇ ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣ ਮਾਈ ਭਾਈ ਅੱਜ ਦੇ ਸਮਾਗਮ ਦੇ ਵਿੱਚ ਜੁੜ ਬੈਠੇ ਹੈ। ਦੇਸ਼ ਦੇ ਸੀਨੀਅਰ ਆਗੂ ਸਾਡੇ ਸਰਦਾਰ ਸੁਖਵਿੰਦਰਪਾਲ ਸਿੰਘ ਜੀ, ਉਹ ਵੀ ਇੱਥੇ ਬੈਠੇ ਆ, ਅਤੇ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਬਸ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਨਾਮਧਾਰੀ ਸਿੱਖਾਂ ਨੇ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦਾ ਜਾਪ ਕਰਦਿਆਂ, ਪਠਨ ਪਾਠਨ ਕਰਦਿਆਂ ਆਪਣੇ ਹਿਰਦੇ ਦੇ ਵਿੱਚ ਜਪਿਆ ਗੁਰਬਾਣੀ ਦਾ ਜੋ ਅਭਿਆਸ ਕੀਤਾ, ਅੱਜ ਵੀ ਸਾਰੀ ਸੰਗਤ ਹੱਥਾਂ ਵਿੱਚ ਮਾਲਾ ਲੈ ਕੇ ਜਿਸ ਤਰ੍ਹਾਂ ਸਿਮਰਨ ਕਰ ਰਹੀ, ਪ੍ਰਭ ਕਾ ਸਿਮਰਨ ਸਭ ਸੇ ਉੱਚਾ, ਵਧਾਈ ਦੇ ਪਾਤਰ। ਔਰ ਜਿਸ ਤਰ੍ਹਾਂ ਮੈਂ ਸਮਝਦਾ ਇੱਕ ਵਿਰਾਸਤ ਨੂੰ ਸਾਂਭਿਆ ਹੋਇਆ ਗੁਰਬਾਣੀ ਦਾ ਕੀਰਤਨ 33 ਸਾਜ਼ਾਂ ਦੇ ਨਾਲ, ਜਦੋਂ ਅਸੀਂ ਨਾਮਧਾਰੀ ਸਿੱਖਾਂ ਦੇ ਕੋਲੋਂ ਗੁਰਬਾਣੀ ਦਾ ਕੀਰਤਨ 33 ਸਾਜ਼ਾਂ ਦੇ ਨਾਲ ਸੁਣਦੇ ਹਾਂ, ਔਰ ਜਿਸ ਸੁਰਤਾਲ ਦੇ ਅੰਦਰ, ਜਿਸ ਲਗਨ ਦੇ ਅੰਦਰ ਉਹ ਗੁਰਬਾਣੀ ਦਾ ਕੀਰਤਨ ਕਰਦੇ ਹੈ, ਸੰਗਤਾਂ ਦੀਆਂ ਸਮਾਧੀਆਂ ਲੱਗ ਜਾਂਦੀਆਂ ਨੇ। ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਵਿਰਾਸਤ ਹੈ ਸਾਡੀ, ਉਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ। ਔਰ ਮੈਂ ਇੱਕ ਵਾਰ ਫਿਰ, ਜੋ ਅੱਜ ਭਾਰਤ ਸਰਕਾਰ ਦੇ ਵੱਲੋਂ ਸਿੱਕਾ ਵੀ ਜਾਰੀ ਕੀਤਾ ਜਾ ਰਿਹਾ ਸਤਿਕਾਰਯੋਗ ਨਾਮਧਾਰੀ ਬਾਬਾ ਰਾਮ ਸਿੰਘ ਜੀ ਦੀ ਯਾਦ ਦੇ ਵਿੱਚ, ਇਸ ਗੱਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਦਿੰਦਾ ਹੋਇਆ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਅਰਜ ਕਰਦਾ। ਔਰ ਨਾਲ ਹੀ ਬੇਨਤੀ ਕਰਦਾ ਕਿ ਆਓ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਜੁੜ ਕੇ, ਜਿਵੇਂ ਹੁਣੇ ਪ੍ਰਚਾਰਕ ਵੀਰ ਬੜੇ ਵਿਸਥਾਰ ਦੇ ਨਾਲ ਜ਼ਿਕਰ ਕਰ ਰਿਹਾ ਸੀ ਗੁਰਬਾਣੀ ਦੀਆਂ ਤੁਕਾਂ, ਗੁਰਬਾਣੀ ਦੇ ਸ਼ਬਦ, ਅਤੇ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਭੈਣੀ ਸਾਹਿਬ ਵਿਖੇ ਗਏ ਅਤੇ ਗੁਰਬਾਣੀ ਦੇ ਅਖੰਡ ਜਾਪ ਚੱਲ ਰਹੇ ਸਨ, ਉਸੇ ਪੁਰਾਤਨ ਮਰਿਆਦਾ ਦੇ ਤਹਿਤ ਖੂਹਾਂ 'ਤੇ ਇਸ਼ਨਾਨ ਕਰਕੇ ਫਿਰ ਉੱਥੇ ਚੌਂ ਅੱਖਰਾਂ ਮੰਤਰ ਦਾ ਜਾਪ, ਚਾਹੇ ਉਹ ਬੰਗਲੌਰ ਦੀ ਧਰਤੀ 'ਤੇ ਹੋਵੇ ਨਾਮਧਾਰੀ ਫਾਰਮ, ਅਤੇ ਚਾਹੇ ਭੈਣੀ ਸਾਹਿਬ ਵਿਖੇ, ਜਿਸ ਤਰੀਕੇ ਦੇ ਨਾਲ ਗੁਰਮਰਿਆਦਾ ਪੁਰਾਤਨ ਵਿਰਾਸਤ ਦੇ ਅਨੁਸਾਰ ਪੂਰਨ ਮਰਿਆਦਾ ਦੇ ਤਹਿਤ ਚੌਂ ਅੱਖਰੇ ਮੰਤਰ ਦਾ ਜਾਪ, ਗੁਰਬਾਣੀ ਦਾ ਜਾਪ, ਗੁਰਬਾਣੀ ਦੇ ਅਖੰਡ ਜਾਪ, ਔਰ ਜਿਸ ਤਰ੍ਹਾਂ ਪੁਰਾਤਨ ਸਤਿਗੁਰ ਦੇ ਪਾਵਨ ਸਰੂਪਾਂ ਨੂੰ ਸੰਭਾਲ ਕੇ ਰੱਖਿਆ ਹੋਇਆ, ਚਾਹੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਚਾਹੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸਰੂਪ ਸੰਭਾਲੇ ਹੋਏ ਹੈ, ਮੈਂ ਸਮਝਦਾ ਇਹ ਬਹੁਤ ਹੀ ਵੱਡੀ ਜਿਹੜੀ ਹੈ ਉਹ ਕੁਰਬਾਨੀ ਵਾਲੀ ਗੱਲ ਹੈ ਕਿ ਵਿਰਾਸਤ ਨੂੰ ਸੰਭਾਲਿਆ ਨਹੀਂ। ਅਤੇ ਅਸੀਂ ਦੇਖ ਰਹੇ ਹਾਂ ਕਿ ਅੱਜ ਜਿਸ ਤਰੀਕੇ ਦੇ ਨਾਲ ਨਵੇਂ ਸਰੂਪ ਸਭਦੇ ਆ, ਉਹਨਾਂ 'ਚ ਲਗਾਂ ਮਾਤਰਾਂ ਦੇ ਭੇਦ, ਲਗਾਂ ਮਾਤਰਾਂ ਦੇ ਫਰਕ, ਜਿਹੜੇ ਛਾਪਿਆਂ 'ਚ ਫਰਕ ਬਹੁਤ ਜ਼ਿਆਦਾ ਪੈ ਰਹੇ ਆ, ਪਰ ਪੁਰਾਤਨ ਹੱਥ ਲਿਖਤ ਸਰੂਪਾਂ ਨੂੰ ਸੰਭਾਲ ਕੇ ਰੱਖਣਾ, ਇਹ ਵੀ ਇੱਕ ਬਹੁਤ ਵੱਡੀ ਸੇਵਾ ਜਿਹੜੀ ਨਾਮਦਾਰੀ ਦਰਬਾਰ ਦੇ ਹਿੱਸੇ ਆਈ ਹੈ। ਸੋ ਆਓ ਸਾਰੇ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਦਾਸ ਨੂੰ ਖਿਮਾ ਬਖਸ਼ੋ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦਾਦਵਾਲ ਸਾਹਿਬ ਦਾ। ਮੈਂ ਹੁਣ ਸ੍ਰੀ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਆਈਆਂ ਹੋਈਆਂ ਇਹਨਾਂ ਮਾਇਨਾਜ਼ ਹਸਤੀਆਂ ਦਾ ਸਰੋਪਾ ਦੇ ਕੇ ਮਾਲਾ ਭੇਟ ਕਰਕੇ ਉਹਨਾਂ ਦਾ ਸਵਾਗਤ ਕਰਨਗੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ। ਔਰ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ